ਆਪਰੇਸ਼ਨ ਬਲੂ ਸਟਾਰ ਦੇ 35 ਸਾਲ ਬਾਅਦ ਹਜ਼ਾਰ ਕਰੋੜ ਦੇ ਨੁਕਸਾਨ ਦੇ ਹਰਜਾਨੇ ਲਈ جاری ਕਾਨੂੰਨੀ ਲੜਾਈ ਦਰਮਿਆਨ ਇਸ ਮਾਮਲੇ ਦਾ ਕੋਰਟ ਤੋਂ ਬਾਹਰ ਗਲਬਾਤ ਰਾਹੀਂ ਕੇਂਦਰ ਨਾਲ ਹੱਲ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਐਸਜੀਪੀਸੀ ਦੇ ਨੁਮਾਇੰਦਿਆਂ ਤੇ ਕੇਂਦਰ ਦਰਮਿਆਨ ਇਸ ਸਿਲਸਲੇ 'ਚ ਗੱਲਬਾਤ ਚੱਲੀ ਹੈ ਅਦੇ ਐਸਜੀਪੀਸੀ ਮੁਖੀ ਗੋਬਿੰਦ ਸਿੰਘ ਲੰਗੋਵਾਲ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਰਮਿਆਨ ਮੁਲਾਕਾਤ ਰਾਹੀਂ ਇਸ ਮਸਲੇ ਨੂੰ ਬਾਰੋ-ਬਾਰ ਨਵੇੜ ਲੈਣ ਦੀ ਚਾਰੋਜੋਈ ਤੇਜ਼ ਹੋਈ ਹੈ ਅਸਲ ਵਿੱਚ ਗਲਬਾਤ ਦੀ ਇਹ ਪ੍ਰਕਿਰਿਆ 4 ਦਸੰਬਰ 2019 ਨੂੰ ਦਿੱਲੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਸ਼ੁਰੂ ਹੋਈ ਸੀ ਹਾਲਾਂਕਿ ਮਹਾਮਾਰੀ ਦੇ ਫੈਲਣ ਤੋਂ ਬਾਅਦ ਇਸ ਪ੍ਰਕਿਰਿਆ ਵਿੱਚ ਖੜੋਤ ਆ ਗਈ ਐਸਜੀਪੀਸੀ ਦੇ ਇੱਕ ਨੁਮਾਇੰਦੇ ਮੁਤਾਬਕ ਗਲਬਾਤ ਦੀ ਰਸ ਸੀ ਜਿਸ ਵਿੱਚ ਐਸਜੀਪੀਸੀ ਮੁਖੀ ਅਤੇ ਕੇਂਦਰੀ ਗ੍ਰਹਿ ਮੰਤਰੀ ਦਰਮਿਆਨ ਮੁਲਾਕਾਤ ਦੀ ਗੱਲ ਕਹੀ ਗਈ ਸੀ ਐਸਜੀਪੀਸੀ ਵੱਲੋਂ ਵੀ ਜਵਾਬ ਵਿੱਚ ਲੈਟਰ ਲਿਖਿਆ ਗਿਆ ਪਰ ਉਸ ਦਰਮਿਆਨ ਕਰੋਨਾ ਮਹਾਮਾਰੀ ਫੈਲ ਗਈ ਅਤੇ ਗੱਲਬਾਤ ਦੀ ਪ੍ਰਕਿਰਿਆ ਰੁਕ ਗਈ ਮਈ ਵਿੱਚ ਹੋਣ ਵਾਲੀ ਕੋਰਟ ਦੀ ਸੁਣਵਾਈ ਵੀ ਟਲ ਚੁੱਕੀ ਹੈ ਸਾਨੂੰ ਉਮੀਦ ਹੈ ਕਿ ਹਾਲਾਤ ਆਮ ਵਾਂਗ ਹੋਣ ਤੋਂ ਬਾਅਦ ਮੁੜ ਗੱਲਬਾਤ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਅਤੇ ਦੋਹਾਂ ਧਿਰਾਂ درمیان ਮੁਲਾਕਾਤ ਹੋ ਸਕੇਗੀ ਅਸਲ ਵਿੱਚ ਗੱਲਬਾਤ ਦੀ ਇਸ ਪ੍ਰਕਿਰਿਆ ਦਾ ਮੋੜ ਉਸ ਵੇਲੇ ਵੱਜਾ ਸੀ ਜਦੋਂ ਕੋਰਟ ਵਿੱਚ ਐਸਜੀਪੀਸੀ ਤੋਂ ਪੁੱਛਿਆ ਗਿਆ ਸੀ ਕਿ ਉਹ ਗੱਲਬਾਤ ਲਈ ਤਿਆਰ ਹਨ ਤਾਂ ਐਸਜੀਪੀਸੀ ਵੱਲੋਂ ਪੇਸ਼ ਹੋਏ ਵਕੀਲ ਵੱਲੋਂ ਇਹ ਦਲੀਲ ਰੱਖੀ ਗਈ ਕਿ ਐਸਜੀਪੀਸੀ ਮੁਖੀ ਕੇਂਦਰੀ ਗ੍ਰਹਿ ਮੰਤਰੀ ਨਾਲ ਗੱਲਬਾਤ ਲਈ ਤਿਆਰ ਹਨ ਬਸ਼ਰਤੇ ਦੋਹਾਂ ਧਿਰਾਂ ਦੀ ਸਾਰਥਕ ਪਹੁੰਚ ਨਾਲ ਇਹ ਮਸਲਾ ਸੁਲਝ ਸਕਦਾ ਹੈ ਹਾਲਾਂਕਿ ਕੋਰਟ ਵਿੱਚ ਕੇਂਦਰ ਵੱਲੋਂ ਜੀ ਪੀਸੀ ਵੱਲੋਂ ਕਰਿਆ ਗਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਕੋਰਟ ਵੱਲੋਂ ਗੱਲਬਾਤ ਰਾਹੀਂ ਮਸਲਾ ਸੁਲਝਾਉਣ ਦੀ ਗੱਲ ਕਹੀ ਗਈ ਹੈ ਸਾਡਾ ਕੇਸ ਮਜ਼ਬੂਤ ਹੈ ਜੇ ਦੋਵੇਂ ਧਿਰਾਂ ਗੱਲਬਾਤ ਦੇ ਟੇਬਲ ਤੇ ਆਉਣਗੀਆਂ ਤਾਂ ਮਸਲਾ ਸੁਲਝ ਜਾਵੇਗਾ ਅਤੇ ਫੈਸਲਾ ਸਾਡੇ ਹੱਕ ਵਿੱਚ ਰਹੇਗਾ ਹਾਲਾਂਕਿ ਸਵਾਲ ਇਹ ਵੀ ਉੱਠਦਾ ਹੈ ਕਿ ਅਕਾਲੀ ਦਲ ਆਪਣੀ ਪਾਈਵਲ ਭਾਜੀਪੀ ਨਾਲ ਸਿਆਸੀ ਤੌਰ ਤੇ ਵੀ ਇਸ ਮਸਲੇ ਦਾ ਹੱਲ ਕਢਵਾ ਸਕਦਾ ਹੈ ਜਿਸ ਤੇ ਮਨਜਿੰਦਰ ਸਿੰਘ ਸਿਰਸਾ ਦੇ ਦਲੀਲ ਹੈ ਕਿ ਸਾਡੀ ਕੋਸ਼ਿਸ਼ ਹੈ ਕਿ ਗੱਲਬਾਤ ਕੋਰਟ ਦੇ ਹੁਕਮ ਅਨੁਸਾਰ ਹੀ ਸ਼ੁਰੂ ਹੋਵੇ ਇਸ ਮਾਮਲੇ ਵਿੱਚ ਕਾਂਗਰਸ ਸਿਆਸੀ ਤੌਰ ਤੇ ਨਿਜਟ ਲਿਆ ਜਾਵੇ ਹਾਲਾਂਕਿ ਇੱਕ ਵਾਰ ਗੱਲਬਾਤ ਸ਼ੁਰੂ ਹੋਈ ਤਾਂ ਅਸੀਂ ਸਿਆਸੀ ਤੌਰ ਤੇ ਵੀ ਇਸ ਮਸਲੇ ਨੂੰ ਜਲਦ ਨਿਬੇੜਨ ਦੀ ਕੋਸ਼ਿਸ਼ ਕਰਾਂਗੇ 4 ਦਸੰਬਰ 2019 ਨੂੰ ਸੁਣਵਾਈ ਦੌਰਾਨ ਕੋਰਟ ਵੱਲੋਂ ਗੱਲਬਾਤ ਰਾਹੀਂ ਮਸਲਾ ਨਿਬੇੜਨ ਦਾ ਸੁਝਾਅ ਦਿੱਤਾ ਗਿਆ ਸੀ ਹਾਲਾਂਕਿ ਇਸ ਮਾਮਲੇ ਦੀ ਅਗਲੀ ਸੁਣਵਾਈ 14 ਮਈ ਨੂੰ ਹੋਣੀ ਸੀ ਫਿਲਹਾਲ ਉਹ ਟਲ ਚੁੱਕੀ ਹੈ ਕਾਬਲੇ ਗੌਰ ਹੈ ਕਿ 1984 ਚ ਵਾਪਰੇ ਆਪਰੇਸ਼ਨ ਬਲੂ ਸਟਾਰ ਦੌਰਾਨ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਤੇ ਐਸਜੀਪੀਸੀ ਹੈੱਡਕੁਆਰਟਰ ਨੂੰ ਫੌਜੀ ਆਪਰੇਸ਼ਨ ਦੌਰਾਨ ਭਾਰੀ ਨੁਕਸਾਨ ਪਹੁੰਚਿਆ ਸੀ ਐਸਜੀਪੀਸੀ ਵੱਲੋਂ ਸੀ 2017 ਵਿੱਚ ਐਸਜੀਪੀਸੀ ਨੇ ਆਪਣੇ ਹੈੱਡਕੁਆਰਟਰ ਦੀ ਮੁਰੰਮਤ ਕਰਵਾਈ ਸੀ ਪਰ ਗੋਲੀਆਂ ਦੇ ਨਿਸ਼ਾਨ ਦੀ ਵੀਡੀਓ ਬਣਾ ਲਈ ਸੀ ਐਸਜੀਪੀਸੀ ਕੇਂਦਰ ਸਰਕਾਰ ਤੇ ਹਾਲੇ ਤੱਕ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਚੁੱਕੇ ਰਿਕਾਰਡ ਦੀ ਵਾਪਸੀ ਦੀ ਵੀ ਮੰਗ ਕਰ ਰਹੀ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ